ਉਹਨੂੰ ਜਿਹੜਾ ਲੱਭ ਕੇ ਲਿਆ ਉਹਨੂੰ 2100 ਰੁਪਈਆ ਇਨਾਮ ਦਿੱਤਾ ਜਾਊਗਾ, ਪਾਕਿਸਤਾਨ ਦੀ ਯਾਤਰਾ ਫ੍ਰੀ ਕਰਾਈ ਜਾਊਗੀ। ਨਵਜੋਤ ਸਿੰਘ ਸਿੱਧੂ ਦੁਆਰਾ ਆਪਣੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ, ਉੱਥੇ ਹੀ ਪੰਜਾਬ ਦੇ ਲੋਕਾਂ 'ਚ ਵੀ ਭਾਰੀ ਰੋਸ ਪਾਇਆ ਜਾ ਰਿਹਾ, ਜਿਸ ਦੇ ਚੱਲਦਿਆਂ ਬਾਦਲਾਂ ਦਾ ਗੜ੍ਹ ਮੰਨੇ ਜਾਣ ਵਾਲੇ ਬਠਿੰਡਾ ਸ਼ਹਿਰ 'ਚ ਲੋਕਾਂ ਨੇ ਸਿੱਧੂ ਦੇ ਗੁੰਮ ਹੋਣ ਦੇ ਪੋਸਟਰ ਲਾਏ ਨੇ ਤੇ ਲੋਕਾਂ ਨੇ ਸਿੱਧੂ ਨੂੰ ਲੱਭੇ ਜਾਣ ਦਾ ਇਨਾਮ ਵੀ ਰੱਖਿਆ। ਪੋਸਟਰ ਤੇ ਲਿਖਿਆ, ਮੁੱਖ ਮੰਤਰੀ ਦਾ ਅਹੁਦਾ ਨਾ ਮਿਲਣ ਕਾਰਨ ਸਿੱਧੂ ਨੇ ਅਸਤੀਫਾ ਦਿੱਤਾ। ਜਿਹੜਾ ਉਹਦਾ ਹੋਲੀ ਹੈ ਉਹਦੇ ਉੱਤੇ ਤਿਲ ਦਾ ਨਿਸ਼ਾਨ ਹੈ ਅਤੇ ਉਹਦਾ 5 ਫੁੱਟ 11 ਇੰਚ ਕਾਹਦਾ ਰੰਗ ਸਾਫ਼ ਹੈ, ਅਤੇ ਉਹਨੂੰ ਜਿਹੜਾ ਲੱਭ ਕੇ ਲਿਆ ਉਹਨੂੰ 2100 ਰੁਪਈਆ ਇਨਾਮ ਦਿੱਤਾ ਜਾਊਗਾ, ਪਾਕਿਸਤਾਨ ਦੀ ਯਾਤਰਾ ਫ੍ਰੀ ਕਰਾਈ ਜਾਊਗੀ। ਪਾਕਿਸਤਾਨ ਦੀ ਯਾਤਰਾ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਉੱਧਰ ਜਾ ਕੇ ਇਹ ਉਹਨਾਂ ਦੇ ਜਰਨਲਾਂ ਦੇ ਨਾਲ ਜੱਫੀਆਂ ਪਾਉਂਦਾ ਸੀ, ਇਮਰਾਨ ਖਾਨ ਨਾਲ ਜੱਫੀਆਂ ਪਾਉਂਦਾ ਸੀ, ਪੰਜਾਬ ਨੂੰ ਇਹਨੇ ਪਾਕਿਸਤਾਨ ਕੋਲ ਗਹਿਣੇ ਰੱਖਤਾ ਸੀ, ਇਹ ਇੰਨਾ ਕੰਮ ਦਰਦ ਹੈ। ਨਵਜੋਤ ਸਿੱਧੂ ਜੀ ਨੂੰ ਬਹੁਤ ਵਧੀਆ ਮੌਕਾ ਮਿਲਿਆ ਸੀ, ਪੰਜਾਬ 'ਚ ਬਿਜਲੀ ਸਾਰੇ ਹਿੰਦੁਸਤਾਨ ਤੋਂ ਮਹਿੰਗੀ ਹੈ ਜੀ, ਉਹਨਾਂ ਨੂੰ ਮੰਤਰੀ ਪਦ ਮਿਲਿਆ ਸੀ, ਉਹਨਾਂ ਨੂੰ ਚਾਹੀਦਾ ਸੀ 4 ਰੁਪਏ ਬਿਜਲੀ ਯੂਨਿਟ ਜਾਂ 5 ਰੁਪਏ ਕਰਕੇ ਲੋਕਾਂ ਨੂੰ ਫਾਇਦਾ ਪਹੁੰਚਾਉਣ, ਪਰ ਉਹ ਆਪਦੀ ਉਸ ਗੱਲ ਤੋਂ ਭੱਜ ਗਏ ਜੀ, ਉਹਨਾਂ ਨੇ ਲੋਕਾਂ ਦਾ ਫਾਇਦਾ ਨਹੀਂ ਕੀਤਾ, ਆਪਦੀ ਰਾਜਨੀਤੀ ਦਿੱਤੀ ਤੇ ਅਸਤੀਫਾ ਦੇ ਗਏ। ਹੁਣ ਦੇਖਣਾ ਇਹ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਕਿਸ ਦਿਨ ਮੀਡੀਆ ਸਾਹਮਣੇ ਆ ਕੇ ਆਪਣੇ ਤੇ ਲੱਗਣ ਵਾਲੇ ਇਲਜ਼ਾਮ ਦਾ ਜਵਾਬ ਦਿੰਦੇ ਨੇ। ਬਠਿੰਡਾ ਤੋਂ ਪਰਮਿੰਦਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।